इस वक्त असी खड़े हुए हैं पिंड अकबर वाला जिहड़ा कि मखू ब्लाक दे विच पैंदा। इत्थे एक बीबी भैन है जिहड़ी पई हुई है, मरीज ने लगभग परिवार वाले ने दस्सण मुताबक 3 महीने तो यह लगातार बीमार आ, और परिवार वाले आर्थिक तौर पर इन्ना समर्थ नहीं है कि खर्चा कर सकन, पर 3 महीने तो खर्चा कर रहे हैं, लखां रुपये उन्हों का खर्चा ये उत्ते लग चुका वा। तो हूँ भी जी लड़की पई हुई है, घट्टो घट 1.5-2 महीने तो जी बिल्कुल इस तरह बसुरत पई हुई है और बोलती भी नहीं है, कोई भी मूवमेंट जी नहीं ये शरीर के हो रही है, और इन्होंने काफ़ी इलाज जोड़ा करवाया वा। और इस वक्त जो जो भी इन्होंने किया, इन्होंने मदर इतने अपने कोल आ, उन्होंने नाल गलबात करते हैं। हाँ जी मदर जी, की गल हुई से कि चिर हो गया इन्हों बीमार रहने? 3 महीने हो गए ने। अच्छा जी, 3 महीने च भी कोई बोली नहीं चली, नहीं माड़ा मोटा महसूस होंदा सी, भी कोई दवाई नहीं चलती सी। ਕਿੰਨਾ ਕੁ ਤੁਹਾਡਾ ਖਰਚਾ ਹੋ ਚੁੱਕਾ ਹੁਣ ਤੱਕ? ਸਾਡਾ ਖਰਚਾ ਵੀ ਲੋਧੀ ਵਾਲੇ ਦਾਖਲ ਕੀਤੀ ਰੱਖਿਆ ਸੀ, 1.5 ਲੱਖ ਉੱਥੇ ਸਾਡਾ ਹੋ ਗਿਆ ਸੀ, ਉਹ ਤੋਂ ਬਾਅਦ ਸਾਨੂੰ ਕੋਈ ਫਰਕ ਨਹੀਂ ਪਿਆ। ਮੋੜ ਤੇ ਅਸੀਂ ਮੋਗੇ ਦਾਖਲ ਕੀਤੀ ਰੱਖਿਆ ਸੀ। ਅੱਛਾ ਜੀ, ਉੱਥੇ 3 ਦਿਨ ਰੱਖਿਆ, ਉੱਥੇ ਕੋਈ ਫਰਕ ਨਹੀਂ ਪਿਆ। ਮੋੜ ਉਹ ਗੱਡੀ ਵਾਲਾ ਕਿਹੜਾ ਹੈਗਾ ਸੀ, ਉਹ ਲੈ ਕੇ ਗਿਆ ਸਾਨੂੰ ਜਲੰਧਰ, ਉੱਥੇ ਹਸਪੀਟਲ 8 ਦਿਨ ਰੱਖੀ ਰੱਖਿਆ ਹੈ। ਅੱਛਾ ਜੀ, ਤੇ ਉੱਥੇ ਵੀ ਹਿਸਾਬ ਨਾਲ ਸਾਨੂੰ ਫਰਕ ਪੈ ਗਿਆ ਸੀ। ਅੱਛਾ, ਤੇ ਮੋੜ ਕੀ ਇਲਾਜ ਇਹਦਾ ਜਿਹੜਾ ਚੱਲ ਰਿਹਾ ਵਾ ਹੁਣ ਇਹਦਾ, ਕਿ ਪੈਸੇ ਪੂਸੇ ਤੁਹਾਡੇ ਕੋਲੇ ਹੈਗੇ ਨੇ ਜਾਂ ਕੀ? ਨਹੀਂ ਹੈਗੇ ਪੈਸਾ। ਅੱਛਾ ਜੀ, ਤੇ ਉੱਥੇ ਸਾਡਾ ਆਪਣੇ ਜਲੰਧਰ ਹਸਪੀਟਲ ਉੱਥੇ ਸਾਡਾ ਵੀ ਹਿਸਾਬ ਨਾਲ ਫਰਕ ਪੈਣ ਲੱਗਾ, ਤੇ ਸਾਡੇ ਕੋਲ ਪੈਸਾ ਨਹੀਂ ਹੈਗਾ, ਜੋ ਵੀ ਹੈਗਾ ਅਸੀਂ ਕਰਦਾ ਸੀ ਵੇਚ ਚੁੱਕੇ ਹਾਂ। ਅੱਛਾ ਜੀ, ਇੱਥੇ ਮੈਂ ਦੱਸ ਦਿੰਦਾ ਪਰਿਵਾਰ ਵਾਲਿਆਂ ਨੂੰ ਕਿ ਇਹਨਾਂ ਦੇ ਕਹਿਣ ਮੁਤਾਬਕ ਜੋ ਇਹਨਾਂ ਦੀ ਥੋੜ੍ਹੀ ਬਹੁਤੀ ਜ਼ਮੀਨ ਸੀ ਉਹ ਵੇਚ ਚੁੱਕੇ ਆ, ਅਤੇ ਜੋ ਇਹਨਾਂ ਦਾ ਸੋਨਾ ਸੀ ਜੋ ਇਹਨਾਂ ਕੋਲ ਕੋਈ ਥੋੜ੍ਹਾ ਬਹੁਤਾ ਹੈ ਸੀ ਆਮਦਨ ਦੇ ਸਾਧਨ, ਉਹ ਵੇਚ ਚੁੱਕੇ ਆ। ਇਹ ਛੋਟੇ ਛੋਟੇ ਬੱਚੇ ਨੇ ਭੈਣ ਦੇ ਜਿਹੜੇ ਦੋ, ਇਹ ਤੁਸੀਂ ਦੇਖ ਰਹੇ ਹੋ ਵਿੱਚ, ਅਤੇ ਇਹਨਾਂ 'ਚ ਵੀ ਇੱਕ ਬੱਚਾ ਸਕੂਲ ਜਾਂਦਾ, ਇੱਕ ਸਕੂਲ ਵੀ ਨਹੀਂ ਜਾ ਰਿਹਾ ਗਾ, ਔਰ ਜਿਹੜੇ ਇਹਨਾਂ ਦੇ ਹਸਬੈਂਡ ਨੇ ਉਹਨਾਂ ਵੱਲੋਂ ਕੋਈ ਵੀ ਮਦਦ ਜਿਹੜੀ ਆ ਨਹੀਂ ਕੀਤੀ ਜਾ ਰਹੀ ਉਹਨਾਂ ਨਾਲ, ਉਹਨਾਂ ਵੱਲੋਂ ਵੀ ਕੋਈ। ਇਹ ਸਿਰਫ ਜਿਹੜੇ ਇਹਨਾਂ ਦੇ ਮਦਰ ਨੇ ਔਰ ਜਿਹੜਾ ਇਹਨਾਂ ਦਾ ਪੇਕੇ ਪਰਿਵਾਰ ਆ ਉਹੀ ਸਾਰਾ ਜਿਹੜਾ ਖਰਚਾ ਕਰ ਰਿਹਾ, ਪਰ ਇਸ ਵਕਤ ਜਿਹੜਾ ਬਹੁਤ ਬੁਰੀ ਤਰ੍ਹਾਂ ਉਹ ਕਹਿੰਦੇ ਆ ਵੀ ਅਸੀਂ ਆਰਥਿਕ ਤੌਰ 'ਤੇ ਟੁੱਟ ਚੁੱਕੇ ਨੇ, ਅਤੇ ਅਸੀਂ ਬੇਨਤੀ ਕਰਦੇ ਹਾਂ ਕਿ ਕੋਈ ਵੀ ਸੰਸਥਾ ਜਾਂ ਕੋਈ ਸਮਾਜ ਸੇਵੀ ਵੀਰ ਜਿਹੜਾ ਵੀ ਇਹਨਾਂ ਦੀ ਬਾਂਹ ਫੜ ਸਕਦਾ ਹੋਵੇ, ਇਹ ਸਿੱਧਾ ਇਹਨਾਂ ਦੇ ਨਾਲ ਕੰਟੈਕਟ ਕਰ ਸਕਦਾ ਵਾ। ਅਸੀਂ ਨੰਬਰ ਜਿਹੜਾ ਉਹ ਸਕਰੀਨ 'ਤੇ ਦੇ ਦੇਵਾਂਗੇ ਔਰ ਇਹਨਾਂ ਦਾ ਨੰਬਰ ਜਿਹੜਾ ਬੋਲ ਵੀ ਦਿੰਦੇ ਹਾਂ, ਅਤੇ ਤਾਂ ਕਿ ਜਿਹੜਾ ਵਾ ਇਲਾਜ ਲਈ ਸਿੱਧਾ ਇਹਨਾਂ ਦੇ ਨਾਲ ਹੀ ਸੰਪਰਕ ਕੀਤਾ ਜਾਵੇ, ਔਰ ਇਹਨਾਂ ਨੂੰ ਹੀ ਜੇ ਕੋਈ ਹੈਲਪ ਕਰਨਾ ਚਾਹੁੰਦਾ ਵਾ ਕੋਈ ਵੀ ਵੀਰ ਭਰਾ ਉਹ ਇਹਨਾਂ ਦੀ ਹੈਲਪ ਕਰ ਸਕਦਾ। ਇਹ ਮੇਰੀ ਸਿਸਟਰ ਆ ਵੱਡੀ, ਅਤੇ ਇਹਨਾਂ ਦਾ 3 ਮਹੀਨੇ ਹੋ ਗਏ ਆ। ਮੰਨ ਲਓ ਅਸੀਂ ਦਵਾਈ ਲੈ ਰਹੇ ਹਾਂ ਅਤੇ ਸਾਡੇ ਕੋਲ ਖਰਚਾ ਨਹੀਂ ਹੈਗਾ, ਜੋ ਵੀ ਸਾਡੀ ਕੋਈ ਹੈਲਪ ਕਰ ਸਕਦਾ ਹੈ, ਸਾਡਾ ਨੰਬਰ ਹੈਗਾ 75-78-12-9-41 ਜੀ, ਜੋ ਵੀ ਕੋਈ ਹੈਲਪ ਕਰ ਸਕਦਾ ਇਸ ਨੰਬਰ 'ਤੇ ਸਾਡੇ ਨਾਲ ਗੱਲ ਕਰੋ ਜੀ। 75-78-12-9-41 ਜੀ ਨੰਬਰ ਸਾਡਾ ਜੀ।